ਹਾਂਜੀ ਵੈਲਕਮ। ਬਦਲਦਾ ਮੌਸਮ ਅਤੇ ਬਦਲਦੇ ਨਾਸ਼ਤੇ ਅਤੇ ਬਦਲਦੇ ਖਾਣੇ, ਠੀਕ ਹੈ ਜੀ। ਹੁਣ ਪਿਛਲੀਆਂ ਚੀਜ਼ਾਂ ਛੱਡ ਦਿਓ, ਆ ਜਾਓ ਅਗਲਿਆਂ 'ਤੇ। ਨਾਸ਼ਤੇ ਵਿੱਚ ਸਵੇਰੇ ਪਰਾਂਠੀਆਂ, ਮੱਕੀ ਦੀਆਂ, ਬਾਜਰੇ ਦੀਆਂ, ਮੂਲੀ ਵਾਲੀਆਂ, ਗੋਭੀ ਵਾਲੀਆਂ, ਗਿਆ। ਓ ਮੈਂ ਕੀ ਕੀਤਾ, ਮੈਂ ਤਾਂ ਕੱਪੜੇ ਚੇਂਜ ਕਰਕੇ ਆਈ ਹੈ ਅਤੇ ਫਿਰ ਹੱਥ ਲੱਗਾ ਤਾਂ ਪਤਾ ਲੱਗਾ ਵੀ ਕੰਨਾਂ 'ਚ ਉਹ ਹੀ ਪਾਏ ਹੋਏ ਨੇ, ਲੰਬੇ ਲੰਬੇ, ਇਹਦੇ ਨਾਲ ਕੋਈ ਚੰਗਾ ਲੱਗਦੇ ਨੇ। ਚੱਲ ਹੋ ਗਿਆ ਹੋ ਗਿਆ, ਹੁਣ ਮੇਥੋਂ ਨਹੀਂ ਬਦਲੇ ਜਾਂਦੇ। ਬੁੱਢੀ ਆਂਟੀ ਹੈ ਅਤੇ ਫਿਰ ਇੱਦਾਂ ਹੀ ਹੋ ਜਾਂਦਾ। ਅਤੇ ਆਓ ਬਾਈ, ਅਸੀਂ ਬਣਾਉਣਾ ਕੀ ਹੈ, ਇਹਨਾਂ ਨੂੰ ਪਹਿਲਾਂ ਇਹ ਦਿਖਾਈਏ। ਦੋ ਪੀਸ ਬ੍ਰੈਡ ਦੇ ਨਾ ਹਰ ਘਰ ਦੇ ਵਿੱਚ ਫਾਲਤੂ ਸਮਝੇ ਜਾਂਦੇ ਨੇ। 50 ਦੀ ਬ੍ਰੈਡ ਹੋਵੇ, 60 ਦੀ ਬ੍ਰੈਡ ਹੋਵੇ, 10 ਪੀਸ ਹੁੰਦੇ ਨੇ ਅਤੇ ਇਹਨਾਂ ਨੂੰ ਵੀ ਤਾਂ ਮੁੱਲ ਲੱਗਾ ਹੋਇਆ ਵੇ, ਇਹਨਾਂ ਨੂੰ ਕਿਵੇਂ ਖਾਈਏ ਅਤੇ ਕਿਵੇਂ। ਦੇਖੋ ਇੱਕ ਤਾਂ ਇਹ ਤਰੀਕਾ ਹੁੰਦਾ ਵੀ ਸੈਂਡਵਿਚ ਬਣਾ ਰਹੇ ਹੋ ਨਾ, ਤੁਸੀਂ ਇੱਧਰ ਲਾ ਲਓ ਅਤੇ ਇੱਧਰ ਤੁਹਾਡੀ ਹੋ ਜਾਏਗੀ ਅਤੇ ਵਿੱਚ ਖਾਧਾ ਜਾਏਗਾ, ਵਿੱਚ ਘੀ ਲਗਾ ਕੇ, ਮੱਖਣ ਲਗਾ ਕੇ, ਜੋ ਵੀ। ਇੱਕ ਤੁਹਾਨੂੰ ਹੋਰ ਤਰੀਕਾ ਦੱਸ ਦਿੰਦੀ ਹਾਂ ਵੀ ਇਹ ਜਿਹੜੇ ਹੁੰਦੇ ਆ ਨਾ ਬ੍ਰੈਡ, ਇਹਨਾਂ ਦਾ ਫਰੈਸ਼ ਬ੍ਰੈਡ ਦਾ ਹੀ ਨਾ ਬ੍ਰੈਡ ਕਰਮ ਕਹਿੰਦੇ ਹਾਂ ਆਪਾਂ, ਉਹਨੂੰ ਬਣਾ ਲੈਂਦੇ ਹਾਂ, ਇਹਦੇ ਵਿੱਚ ਗ੍ਰਾਇੰਡ ਕਰ ਲੈਂਦੇ ਹਾਂ। ਅਤੇ ਇੱਧਰੋਂ ਅਸੀਂ ਉਬਾਲੇ ਹੋਏ ਨੇ ਆਲੂ। ਆਲੂ ਹਮੇਸ਼ਾ ਉਬਲੇ ਪਏ ਰਹਿੰਦੇ ਨੇ ਕਿਉਂਕਿ ਬੱਚੇ ਆਉਂਦੇ ਨੇ, ਬੱਚਿਆਂ ਨੇ ਕੁਝ ਨਾ ਕੁਝ ਖਾਣਾ ਹੁੰਦਾ, ਫਿਰ ਜਦੋਂ ਕਦੀ ਸਾਡਾ ਜੀ ਕਰਦਾ ਅਸੀਂ ਵੀ ਖਾ ਲੈਂਦੇ ਹਾਂ, ਸਾਨੂੰ ਕਿਹੜਾ ਮੂੰਹ ਖੋਰ ਆਇਆ ਹੋਇਆ। ਅਤੇ ਇਹ ਦੇਖੋ ਜੀ, ਇਹ ਥੋੜ੍ਹਾ ਜਿਹਾ ਧਨੀਆ ਮੈਂ ਇਹਦੇ ਵਿੱਚ ਤਾਂ ਪਾ ਰਹੀ ਹਾਂ ਕਿ ਇਹ ਵਿੱਚ ਫਿਰ ਨਾ ਧਨੀਆ ਮੈਨੂੰ ਉੱਤੇ ਦਿਸਦਾ ਦਿਸਦਾ ਚੰਗਾ ਨਹੀਂ ਲੱਗਦਾ ਹੈਗਾ। ਅਤੇ ਇਹ ਮਿਰਚਾਂ ਵੀ ਵਿੱਚੇ ਹੀ ਪਾ ਲਾਂਗੀ ਅਤੇ ਤਾਂ ਕਿ ਸਵਾਦ ਜ਼ਿਆਦਾ ਆ ਜਾਏ। ਅਦਰਕ ਅੱਜ ਕੱਢੀ ਨਹੀਂ, ਸੋ ਚੱਲ ਨਹੀਂ ਕੱਢੀ ਤਾਂ ਨਾ ਸੀ, ਫਿਰ ਕੋਈ ਗੱਲ ਨਹੀਂ। ਇਹਨਾਂ ਨੂੰ ਨਾ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ। ਕਈ ਲੋਕਾਂ ਨੂੰ ਬੜਾ ਇਤਰਾਜ਼ ਹੈ ਆਲੂ ਖਾਣ ਵਿੱਚ, ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਆਲੂ। ਆਲੂਆਂ ਨੂੰ ਤਲ ਕੇ ਖਾਣਾ ਜਿਹੜਾ ਹੈ ਉਹ ਨੁਕਸਾਨ ਵਾਲਾ ਹੈ, ਆਲੂ ਵੈਸੇ ਖਾਣਾ ਜਿਹੜਾ ਹੈ ਉਹ ਬਹੁਤ ਅੱਛਾ ਹੈ। ਪੂਰੇ ਵਰਲਡ ਦੇ ਵਿੱਚ ਆਲੂ ਖਾਧੇ ਜਾਂਦੇ ਨੇ, ਕਿਤੇ ਚਿਪਸ ਬਣਦੇ ਨੇ, ਕਿਤੇ ਫਰੈਂਚ ਫਰਾਈਜ਼ ਬਣਦੀਆਂ ਨੇ, ਕਿਤੇ ਇੱਥੇ ਇੰਡੀਆ ਦੇ ਵਿੱਚ ਅਸੀਂ ਇੱਦਾਂ ਹੀ ਰੋਟੀਆਂ 'ਚ ਪਾ ਕੇ ਵੀ ਖਾ ਲੈਂਦੇ ਹਾਂ। ਆਲੂ ਜਿਹੜੀ ਹੈ ਬਹੁਤ ਫਾਇਦੇ ਵਾਲੀ ਚੀਜ਼ ਹੈ, ਇੱਦਾਂ ਕਰਕੇ ਇਹਦੀਆਂ ਟਿੱਕੀਆਂ ਬਣਾ ਲਾਂ ਅਤੇ ਚਟਨੀ ਅਤੇ ਸਾਰਾ ਕੁਝ ਨਾਲ ਵਧੀਆ ਖਾਵਾਂ, ਬੜਾ ਅੱਛਾ ਲੱਗਦਾ। ਪਰ ਮੈਂ ਅੱਜ ਬ੍ਰੈਡ ਵੀ ਯੂਜ਼ ਕਰਨੀ ਹੈ ਅਤੇ ਇਸ ਕਰਕੇ ਇਹਦੇ ਵਿੱਚ ਅਸੀਂ ਇਹ ਬ੍ਰੈਡ ਗ੍ਰੀਨ ਕਿਵੇਂ ਹੋ ਗਈ ਪੁੱਛੋ ਨਾ, ਧਨੀਆ ਜੂ ਪਾਇਆ, ਗ੍ਰੀਨ ਤਾਂ ਹੋਣੀ ਹੋਣੀ ਹੈ। ਅੱਛਾ, ਇਸ ਤੋਂ ਬਾਅਦ ਮੈਂ ਪਾ ਦਿਆਂ ਇਹਦੇ ਵਿੱਚ ਨਮਕ, ਨਮਕ ਜਿਹੜਾ ਉਹ ਜ਼ਰੂਰੀ ਹੈ। ਬਾਕੀ ਮਿਰਚ ਪਾਈ ਹੋਈ ਹੈ ਇਹਦੇ ਹਰੀ, ਅਤੇ ਜਰਾ ਲਾਲ ਮੈਂ ਪਾ ਲੈਂਦੀ ਹੁੰਦੀ ਹਾਂ ਭਾਵੇਂ ਕੁਝ ਹੋ ਜਾਏ। ਅਤੇ ਹਾਏ ਨਮਕ ਪਾ ਛੱਡਿਆ, ਅਤੇ ਮੈਂ ਤਾਂ ਚਾਟ ਮਸਾਲਾ ਵੀ ਪਾਉਣਾ ਸੀ, ਹੋ ਜਾਣੀ ਹੈ ਤੇਜ਼, ਚੱਲ ਥੋੜ੍ਹਾ ਪਾ ਦਿੰਦੀ। ਅਤੇ ਇਹਨੂੰ ਨਾ ਅਸੀਂ ਇੱਕ ਮਿਕਸਿੰਗ ਕਰ ਲੈਣੀ ਹੈ। ਇਹ ਆਟਾ ਹੀ ਗੁੰਨ ਲਿਆ ਸਮਝ ਲਓ, ਆਟਾ ਗੁੰਨ ਕੇ ਅਤੇ ਵੱਡਾ ਸਾਰਾ ਇੱਕ ਪੇੜਾ ਬਣਾ ਲਓ, ਠੀਕ ਹੈ। ਔਰ ਇੱਕ ਜਿਹੜਾ ਚੱਕਲਾ ਹੈ ਨਾ ਇਹ ਗਲੀ ਦੇ ਵਿੱਚ ਡਾਹ ਲਿਓ, ਚਰਖਾ ਡਾਂਦੇ ਸੀ ਗਲੀ ਦੇ ਵਿੱਚ, ਹੁਣ ਤੁਸੀਂ ਚੱਕਲਾ ਹੀ ਡਾਹ ਲਓ ਗਲੀ ਦੇ ਵਿੱਚ, ਚੱਕਲਾ ਡਾਹ ਲਓ ਆਪਣੀ ਕਿਚਨ ਦੇ ਵਿੱਚ। ਇਹਨੂੰ ਐਂ ਥਾਪੜ ਥਾਪੜ ਕੇ ਨਾ ਬੜਾ ਲੰਬਾ ਉਹ ਕਰ ਲਓ ਥੋੜ੍ਹਾ ਜਿਹਾ। ਵੈਸੇ ਆਲੂ ਜਿਹੜੇ ਆ ਇੱਦਾਂ ਹੋਣੇ ਨਹੀਂ ਚਾਹੀਦੇ, ਪਰ ਇਹ ਜਿਹੜੇ ਕੰਮ ਨੇ ਨਾ ਸਾਡੇ ਇਹ ਪੁੱਠੇ ਨੇ, ਸਾਡੇ ਕੋਲ ਹੋ ਜਾਂਦੇ ਨੇ। ਚਲੋ ਕੋਈ ਨਹੀਂ, ਫਿਰ ਕੀ ਹੋਇਆ, ਖਾਣਾ ਆਪ ਹੀ। ਅੱਛਾ, ਹੁਣ ਗੱਲ ਤੁਹਾਨੂੰ ਦੱਸਣੀ ਸੀ ਵੀ ਜਿਹਨੂੰ ਨੇ ਮੰਗਾਏ ਕਈ ਕਟਰ, ਇਹ ਦੇਖੋ ਇਹਨੂੰ ਕਹਿੰਦੇ ਨੇ ਕੁੱਕੀਜ਼ ਕਟਰ, ਪਰ ਇਹਦੇ ਨਾਲ ਅਸੀਂ ਕਈ ਚੀਜ਼ਾਂ ਬਣਾ ਸਕਦੇ ਹੁੰਦੇ ਹਾਂ, ਜਿਵੇਂ ਕਿ ਹੁਣ ਟਿੱਕੀਆਂ ਨੇ,
ਹੈ ਨਾ। ਹੁਣ ਮੈਂ ਇਹਨੂੰ ਇਹਨੂੰ ਅੱਛਾ ਪਤਲਾ ਕਰ ਲਈ ਹੈ, ਬਸ ਉਹਨਾਂ ਕੁ ਜਿੰਨੀ ਕੁ ਟਿੱਕੀ ਕਰਨੀ ਹੁੰਦੀ ਹੈ। ਅਤੇ ਇਹ ਜੇ ਕਟਰ ਇਹਦੇ ਨਾਲ ਇੰਝ ਕਰਕੇ ਨਾ ਇਹਨੂੰ ਇੱਦਾਂ ਕੱਟ ਕੇ ਦੇਖ ਲੈਂਦੀ ਹਾਂ, ਮੈਨੂੰ ਨਹੀਂ ਪਤਾ ਹੋਏਗੀ ਕਿ ਨਹੀਂ ਹੋਊਗੀ। ਹੋ ਗਈ ਇਹਦੇ ਵਿੱਚੋਂ ਫਿਰ ਇੱਦਾਂ ਨਿਕਾਲ ਕੇ ਅਤੇ ਇੱਥੇ ਰੱਖ ਲਓ, ਠੀਕ ਹੈ ਨਾ ਜੀ। ਇੱਦਾਂ ਹੁਣ ਅਸੀਂ ਸਾਰੇ ਜਿਹੜੇ ਕਟਰ ਹੈ ਟਿੱਕੀਆਂ ਨੇ ਇੱਦਾਂ ਦੀਆਂ ਬਣਾ ਲਵਾਂਗੇ। ਇਹਦੇ ਵਿੱਚ ਪਾਈ ਫਿਰ ਇਹਨੂੰ ਕੱਢ ਲਈ। ਅਸੀਂ ਸਾਰੀਆਂ ਟਿੱਕੀਆਂ ਜਿੰਨੀ ਤੁਹਾਨੂੰ ਨਾ ਥਿਕਨੈਸ ਚਾਹੀਦੀ ਹੈ ਉਹਦੇ ਹਿਸਾਬ ਨਾਲ ਕਰ ਲਓ। ਅਤੇ ਇਹਨੂੰ ਡਿਜ਼ਾਈਨਰ ਫੈਸ਼ਨ, ਇਹ ਫੈਸ਼ਨ ਹੈ ਕੋਈ ਨਹੀਂ, ਫਿਰ ਫੈਸ਼ਨ ਵੀ ਕਰਨ ਵਾਸਤੇ ਬਣੇ ਹੋਏ ਨੇ। ਅਤੇ ਇੱਦਾਂ ਅਸੀਂ ਸਾਰੇ ਕੱਟ ਲਏ, ਫਰਾਈ ਕਰ ਲਓ। ਫਿਰ ਇਹਦੇ ਉੱਤੇ ਫਿਰ ਕੁਛ ਲਾਉਣਾ ਪਏਗਾ, ਅਸੀਂ ਤਾਂ ਕੁਝ ਨਹੀਂ ਲਾਉਣਾ ਹੈਗਾ, ਨਾ ਅਸੀਂ ਡੀਪ ਫਰਾਈ ਕਰਨੇ ਨੇ। ਅਸੀਂ ਇਹ ਪੈਨ ਦੇ ਵਿੱਚ ਗਰੀਸਿੰਗ ਕਰ ਲਈ ਹੈ, ਜਰਾ ਕੁ ਚਮਚਾ ਘੀ ਪਾ ਕੇ, ਬਿਲਕੁਲ ਵੀ ਐਂ ਨਹੀਂ ਹੈ ਕੱਟ ਪਾਇਆ ਪਰ ਤਲਣ ਵਾਲਾ ਨਹੀਂ ਪਾਇਆ। ਅਤੇ ਇਹਨੂੰ ਜੀ ਚੱਕ ਕੇ ਅਸੀਂ ਇੱਦਾਂ ਅਤੇ ਇੱਦਾਂ ਰੱਖ ਦਿਆਂਗੇ, ਸਾਰੀਆਂ ਅਸੀਂ ਸੁਕਾ ਦਿਆਂਗੇ ਜੀ। ਇਹ ਸਾਡੇ ਦਿਲ ਜਿਹੜੇ ਨੇ ਉਹ ਮੱਚ ਰਹੇ ਨੇ, ਪਤਾ ਕਾਹਦੇ ਵਾਸਤੇ, ਖਾਣਾ ਕਦੋਂ ਮੈਂ। ਇਹ ਦਿਲ ਵਾਲੀ ਟਿੱਕੀ ਜਿਹੜੀ ਹੈ ਬਣ ਕੇ ਤਿਆਰ ਹੋ ਗਈ, ਨਾਲੇ ਦੋ ਬ੍ਰੈਡ ਯੂਜ਼ ਹੋ ਗਏ। ਚਲੋ ਜੀ ਚਲਦੇ ਹਾਂ ਖਾਣ। ਜੀ ਹਾਰਟ, ਹਾਏ ਮੇਰਾ ਦਿਲ, ਇਹਦਾ ਤੁਹਾਨੂੰ ਨਹੀਂ ਪੈਣਾ ਦੇਣਾ ਪੈਣਾ ਬਿੱਲ, ਹੈ ਮੇਰਾ ਦਿਲ। ਲਓ ਜੀ ਅੱਜ ਨਾ ਉਹ ਬਲਜੀ ਦੋ ਚੀਜ਼ਾਂ ਨੇ, ਇੱਕ ਤਾਂ ਜਿਹਨੂੰ ਨੇ ਨਾ ਕਟਰ ਮੰਗਾਏ ਬਹੁਤ ਸੋਹਣੇ ਅੱਜ ਸਵੇਰੇ ਲਾਈਵ ਕਰਕੇ ਮੈਂ ਬਣਾਈ ਇੱਕ ਚਟਨੀ। ਦੇਖੋ ਲਾਈਵ ਕੀਤਾ ਸਵੇਰੇ ਤੇ ਮੈਂ ਕੀਤਾ ਕਿ ਰਿਕਾਰਡ ਕੀਤਾ, ਪਰ ਚਟਨੀ ਦਾ ਸ਼ਕਲ ਸੂਰਤ ਬੜੀ ਅੱਛੀ ਹੈ। ਹਾਂ ਚਟਨੀ ਐਂ ਜੇ ਵੀ ਸੁਰਜੀਤ ਲੈ ਕੇ ਆਇਆ ਧਨੀਆ ਪੁਦੀਨਾ ਆਪਣੀ ਉੱਤੋਂ ਘਰੋਂ, ਇੰਨਾ ਲਸ਼ ਲਸ਼ ਕਰਦਾ, ਪੌਸ਼ਟਿਕ ਤੇ ਸਵਾਦਿਸ਼ਟ ਹੈ। ਹਾਂ ਤੇ ਬਾਕੀ ਪਤਾ ਨਹੀਂ, ਹੁਣ ਖਾ ਕੇ ਵੇਖੋ। ਮੈਂ ਤੇ ਕਰ ਪਾਣੀ ਚਾਹੀਦਾ, ਮੈਂ ਤਾਂ ਮੇਰੇ ਘਰ ਉਹ ਵੀ ਨਹੀਂ, ਪਾਣੀ ਦੇ ਦਿਓ ਬੇਟਾ, ਮੇਰੇ ਘਰ ਉਹ ਵੀ ਪੂਰਾ ਨਹੀਂ ਪੀਤਾ ਮੈਂ। ਕੀ ਤੁਹਾਡੀਆਂ ਤਾਂ ਗੱਲਾਂ ਭਾਈ, ਸਵੇਰੇ ਆਪਾਂ ਨਹਾਤੇ ਨਹੀਂ ਪੂਰੇ ਸਵੇਰੇ, ਫਿਰ ਉਸ ਤੋਂ ਬਾਅਦ ਮੈਂ ਵੈਸੇ ਗੱਲ ਕਰਦਾ ਕੁਲਾੜੀਆਂ ਦੇ ਸਾਰੇ ਠੀਕ ਹੁੰਦੇ ਨੇ, ਇੰਝ ਨਹੀਂ ਕਰੀਦਾ ਹੁੰਦਾ ਵੀ ਇੱਕ ਵਾਰੀ ਨਹੀਂ ਠੀਕ ਆਇਆ ਤੇ ਉਹ ਕੋਈ ਇਹ ਵਾਲੀ ਕੋਈ ਦਿਲ ਖਰਾਬ ਕਰਨ ਵਾਲੀ ਗੱਲ ਸੀਗੀ। ਮੈਂ ਤਾਂ ਲੈ ਕੇ ਆਵਾਂ, ਲੱਭ ਕੇ ਲਿਆ ਅੱਜ ਮੈਂ ਜਾਣਾ ਹੀ ਚਾਹੁੰਦੀ ਹਾਂ। ਨਾਲੇ ਤਾਂ ਮੈਂ ਨਾ ਉਹ ਬੇਰ ਲਿਆਣੇ ਨੇ ਬਿਲਜੀ, ਜਿਹੜੇ ਜਿਹਨੂੰ ਖਾਂਦੀ ਹੈ ਛੋਟੇ, ਕੱਲ ਮੈਂ ਉੱਥੋਂ ਵੇਖ ਆਈ ਸਾਂਬਾਈ ਵਿੱਚ, ਉੱਥੋਂ ਨਹੀਂ ਜੇ ਮਿਲੇ, ਪਤਾ ਨਹੀਂ ਮਿਲੇ ਨਾ, ਜਾਂ 26 ਚੋਂ ਜਾਂ ਫਿਰ ਉੱਥੋਂ ਮਿਲਣਗੇ। ਦੇਖੋ ਜੀ ਥੋੜਾ ਥੋੜਾ ਪੌਸ਼ਟਿਕ, ਥੋੜਾ ਥੋੜਾ ਦੂਜਾ, ਤੁਸੀਂ ਨਾੜਾ ਸਾਹਿਬ ਕਹਿੰਦੇ ਸੀ ਨਾ ਉੱਥੇ ਮਿਲਦੇ, ਮੈਂ ਕਿਹਾ ਸੀ ਜੇ ਉਹਨਾਂ ਨੂੰ ਵੀ ਚੱਲਦੇ ਹਾਂ, ਗਈ ਨਹੀਂ, ਟਾਈਮ ਦੀ ਥੋੜ੍ਹੀ ਸ਼ੋਰਟੇਜ ਸੀ ਨਾ। ਪਪੀਤਾ ਬੜਾ ਕਿੰਨੇ ਲਿਆਂਦਾ, ਇੱਕ ਮਿੰਟ ਸੰਧਿਆ ਹੈ, ਪਪੀਤਾ ਦਿਖਾ ਜਿਹੜਾ ਬਾਹਰ ਪਿਆ ਹੋਇਆ, ਹਾਂ ਮੇਰੇ ਕੋਲ ਦੇ ਦੇ। ਦੇਖੋ ਜੀ
ਅੱਗੇ ਵੀ ਮੈਂ ਬੜੇ ਵਾਰੀ ਕਿਹਾ, ਪਪੀਤਾ ਲੈਣ ਦਾ ਇੱਕ ਤਰੀਕਾ ਹੁੰਦਾ। ਸਾਰਿਆਂ ਨੂੰ ਨਹੀਂ ਪਤਾ ਵੀ ਪਪੀਤੇ ਕਿਹੜੇ ਜਿਹੜੇ ਆ ਉਹ ਚੰਗੇ ਹੁੰਦੇ ਆ। ਇਹ ਪਪੀਤੇ ਚੰਗੇ ਹੁੰਦੇ ਜਿਹੜੇ ਆ ਜੇ ਲੰਬੇ ਹੁੰਦੇ ਆ, ਜਿਨ੍ਹਾਂ ਦੀ ਇੱਥੋਂ ਪੂਛ ਹੁੰਦੀ। ਇਹ ਬਹੁਤ ਪੂਛ ਵਾਲਾ ਨਹੀਂ ਹੈ, ਬਹੁਤ ਪੂਛ ਵਾਲਾ ਹੋਵੇ ਨਾ ਫਿਰ ਤਾਂ ਅੰਦਰ ਇਹ ਹੁੰਦਾ ਹੀ ਨਹੀਂ, ਇੰਨੀ ਕੁ ਹੁੰਦੀ ਹੈ। ਪਰ ਇਹ ਜਿਹੜਾ ਹੋਵੇ ਨਾ ਇਹ ਮਿੱਠਾ ਹੁੰਦਾ। ਇਹ ਦੇਖ ਲਓ, ਇਹ ਪਪੀਤਾ ਮਿੱਠਾ ਨਿਕਲੇਗਾ। ਜਦੋਂ ਕੱਟ ਲਓ ਤਾਂ ਇਸ ਪੇਪਰ 'ਚ ਲਪੇਟ ਕੇ ਰੱਖੋ। ਪਪੀਤੇ ਨੂੰ ਨੰਗਾ ਕਦੇ ਨਹੀਂ ਰੱਖਣਾ ਚਾਹੀਦਾ, ਚਾਹੇ ਫਰਿੱਜ 'ਚ ਰੱਖੋ ਚਾਹੇ ਬਾਹਰ ਰੱਖੋ। ਰਾਈਟ, ਖਾਓ ਜੀ, ਫਿਰ ਮੁਕਾਓ ਵੀਡੀਓ, ਲੱਗੇ ਪਏ ਹੋ ਜੇ ਲਾਲਚ ਹੋ ਗਏ ਹੋਰ ਪਿਆ ਜਿੰਨਾ ਮਰਜ਼ੀ। ਹਾਂਜੀ, ਹੁਣ ਇਹ ਦੇਖਦੇ ਹਾਂ। ਚਟਨੀ ਜਿਹੜੀ ਹੈ ਨਾ ਇਹ ਤਾਂ ਹੈਗੀ ਪਰੌਂਠੀ ਖਾਣ ਵਾਲੀ, ਠੀਕ ਹੈ। ਇਹ ਬਹੁਤ ਜ਼ਿਆਦਾ ਕ੍ਰਿਸਪੀ ਨਹੀਂ ਹੁੰਦੇ ਕਿਉਂਕਿ ਵਿੱਚੋਂ ਪਾਈ ਹੈ ਨਾ ਬ੍ਰੈਡ ਬਰੂਬਰੀ, ਅਤੇ ਨਾਲ ਤਲੇ ਨਹੀਂ ਹੈਗੇ। ਜੇ ਤਲਦੇ ਹਾਂ ਨਾ ਫਿਰ ਤਾਂ ਹੋ ਜਾਂਦੇ ਕ੍ਰਿਸਪੀ। ਅਸੀਂ ਬਣਾਏ ਸ਼ੈਲੋ, ਠੀਕ ਹੈ। ਚਟਨੀ ਉਹਦੇ ਕੁੱਟ ਕੇ ਬਣਾਈ, ਕੁੱਟ ਕੇ ਨਹੀਂ ਬਣਾਈ, ਉਹ ਤਾਂ ਨਿੱਕੀ ਜਿਹੀ ਤੋਰੀ, ਉਹਦੇ ਵਿੱਚ ਕੀ ਕੁੱਟਿਆ ਜਾਂਦਾ, ਦੋ ਪਿਆਜ਼। ਜਿੱਦਾਂ ਇਕੱਲਿਆਂ ਨੇ ਖਾਣੀ ਹੋਏ ਤਾਂ ਬਣਾ ਲਾਂਗੇ। ਵੱਡਾ ਕੁੰਡਾ ਮੰਗਾਇਆ ਆਪਾਂ, ਹਾਂ ਉਹ ਆਏਗਾ ਨਾ ਫਿਰ ਕੁੱਟਾਂਗੇ। ਮੈਨੂੰ ਪੁੱਛ ਰਹੇ ਨੇ ਬਹੁਤ ਸਾਰੇ ਵੀ ਤੁਸੀਂ ਉਹ ਦਿਖਾਇਆ ਨਹੀਂ ਹੈਗਾ। ਮੈਂ ਕਿਹਾ ਉਹ ਆਇਆ ਨਹੀਂ ਹੈਗਾ, ਤਾਂ ਕਾਲਕਾ ਤੋਂ ਮਿਲਿਆ ਨਹੀਂ ਹੈਗਾ। ਲਓ ਜਨਾਬ ਖਾਓ ਨਾ, ਪਿਓਰ ਦੇਸੀ ਘਿਓ ਦੇ ਵਿੱਚ ਸ਼ੁਕਰੀਆ ਜੀ, ਮਿਹਰਬਾਨੀ ਸਾਨੂੰ ਰੋਜ਼ ਦਿਹਾੜੀ ਚੱਲਣ ਦਾ। ਕਿਉਂ ਬਈ, ਰੋਜ਼ ਦਿਨ ਚੱਲਣਾ ਕਿੰਨਾ ਔਖਾ ਹੁੰਦਾ, ਪਰ ਚੱਲ ਰਹੇ ਹੋ ਤੇ ਬਹੁਤ ਵਧੀਆ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਮੈਂ ਕਈ ਵਾਰੀ ਨਹੀਂ ਦਿਖਾਉਣਾ ਚਾਹੁੰਦੀ ਹੁੰਦੀ ਵੀ ਅਸੀਂ ਖਾ ਰਹੇ ਹਾਂ, ਫਿਰ ਮੈਨੂੰ ਲਿਖਿਆ ਆ ਜਾਂਦਾ, ਮੈਡਮ ਤੁਸੀਂ ਅੱਜ ਅੰਕਲ ਦੇ ਨਾਲ ਖਾਧਾ ਤਾਂ ਹੈ ਨਹੀਂ, ਮਜ਼ਾ ਨਹੀਂ ਆਇਆ। ਚਲੋ ਜੀ, ਲਓ ਮਜ਼ੇ ਜਿਵੇਂ ਮਰਜ਼ੀ ਜਿੱਥੇ ਮਰਜ਼ੀ। ਹੁਣ ਵੀਡੀਓ ਦੇਖ ਕੇ ਤੇ ਮਾਰਕੀਟ 'ਚ ਆਓ, ਤਾਂ ਫਿਰ ਪਪੀਤਾ ਇਹੋ ਜਿਹਾ ਛਾਂਟ ਕੇ ਲਿਆਇਓ। ਹਾਂ ਤੁਸੀਂ ਨਹੀਂ ਲਿਆਉਂਦੇ, ਤੁਸੀਂ ਤਾਂ ਕਈ ਵਾਰੀ ਢਿੱਡਲ ਜਿਹਾ ਚੱਕ ਲਿਆ। ਹੁਣ ਨਹੀਂ ਮੈਂ ਲਿਆਉਂਦਾ, ਹੁਣ ਨਹੀਂ ਲਿਆਉਂਦੇ। ਹੁਣ ਤੇਰੀ ਚੀਜ਼ ਲਿਆਓ, ਤੇਰੀ ਹਦਾਇਤ ਤੇ ਪੂਰੀ ਅਮਲ ਕਰ। ਕੇਲੇ ਲਿਆਓ ਨਾਲੇ ਪੱਕੇ ਸੀ, ਨਾਲੇ ਦੇਖ ਲਓ ਤੁਸੀਂ ਕੇਲੇ ਜਿਹੜੇ ਹੈ ਪੂਰੇ ਉਹ ਹੁਣ ਤੱਕ ਵੀ ਐਨ ਫਰੈਸ਼ ਪਏ ਹੋਏ ਨੇ। ਇੱਕ ਲੈਣੀ ਚਾਹੀਦੀ ਚੀਜ਼, ਪੈਸੇ ਖਰਚਣੇ ਹੀ ਹੈ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਬਲਜੀਤ ਜੀ, ਤੁਸੀਂ ਆਏ ਸਾਡੇ ਘਰ ਅਤੇ ਆ ਕੇ ਖਾਣਾ ਖਾ। ਤੁਸੀਂ ਬਣਾਓ ਅਤੇ ਖਾਓ ਅਤੇ ਵੀਡੀਓ ਸ਼ੇਅਰ ਕਰੋ। ਥੈਂਕ ਯੂ ਸੋ ਮਚ।